सारी सृष्टि उतारदे आं। अज बगदाद शहर पहुंचे भाई साहब भाई गुरदास जी वचन कर रहे ने कि बड़ बड़ बगदाद निवाए कै मक्का मदीना सबे निवाए। ते जदों सिद्धां कोल गए 84 सिद्ध जिन्हां दी गिणती भाई साहब ने कीती, सिद्ध 84 मंडली खट दर्शन पाखंड जनाया, जिन्हां ने जिन्हां दे पाखंड दा सतगुरु ने खंडन कीता।
ਤੇ ਉਹਨਾਂ ਨੂੰ ਦਰਸਾਇਆ ਭਾਈ ਜਿਨ੍ਹਾਂ ਦੀ ਤੁਸੀਂ ਨਿੰਦਾ ਕਰਦੇ ਹੋ, ਤੁਸੀਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਪਰ ਉਹਨਾਂ ਦੇ ਕੋਲ ਹੀ ਫਿਰ ਮੰਗਣ ਵਾਸਤੇ ਜਾਂਦੇ ਹੋ। ਇਸ ਵਾਸਤੇ ਉਹ ਦਾਤੇ ਨੇ ਤੇ ਦਾਤਿਆਂ ਨੂੰ ਕੋਈ ਮਾੜਾ ਆਖਦਾ। ਸਤਿਗੁਰਾਂ ਨੇ ਸਮਝਾਇਆ ਪਿਆਰਿਓ, ਇੰਨੀਆਂ ਇੰਨੀਆਂ ਉਮਰਾਂ ਕਰਕੇ ਤੁਹਾਨੂੰ ਕੀ ਲਾਭ ਹੈ? ਹੰਕਾਰ, ਉਮਰਾਂ ਦਾ ਹੰਕਾਰ ਕਰੀ ਜਾਂਦੇ, ਕਰਾਮਾਤਾ ਦਾ ਹੰਕਾਰ ਕਰਦੇ। ਤੁਸਾਂ ਤੇ ਸੰਸਾਰ ਦਾ ਭਲਾ ਕਰਨਾ ਸੀ, ਤੁਸੀਂ ਆਪ ਹੀ ਆ ਕੇ ਪਹਾੜਾਂ ਦੀਆਂ ਕੰਧਰਾਂ ਵਿੱਚ ਲੁਕ ਬੈਠੇ। ਧੰਨ ਗੁਰੂ ਨਾਨਕ ਪਾਤਸ਼ਾਹ, ਸਾਰੀ ਸ੍ਰਿਸ਼ਟੀ ਨੂੰ ਉਸ ਮਾਲਕ ਦੇ ਲੜ ਲਾਇਆ। ਸਾਹਿਬ ਆਖਦੇ ਭਾਈ ਸਾਹਿਬ ਕਹਿੰਦੇ ਨੇ ਸਾਰੀ ਸ੍ਰਿਸ਼ਟੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਸੜਦੀ ਬਲਦੀ, ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ। ਕਿਉਂਕਿ ਬਾਝੋਂ ਗੁਰੂ ਉਬਾਰ ਹੈ, ਗੁਰੂ ਤੋਂ ਬਿਨਾਂ ਸੰਸਾਰ ਤੇ ਹਨੇਰਾ, ਜ਼ੁਲਮ ਦਾ ਹਨੇਰਾ, ਪਾਪਾਂ ਦਾ ਹਨੇਰਾ, ਹਰ ਤਰ੍ਹਾਂ ਦੇ ਨਾਲ ਇਹ ਧਰਤੀ ਜਦੋਂ ਇੱਥੇ ਧੁੰਦ ਛਾ ਗਈ ਤੇ ਫਿਰ ਇਸ ਨੇ ਪੁਕਾਰ ਕੀਤੀ। ਜਗਤ ਸਭਾਇਆ ਮੰਗ
गन गाया। कल तारण गुरु नानक